ਦੋਸਤੋ, ਜਿਉਂ ਦਾਇਰਾ ਵਿੱਚ ਚੱਲਣ ਤੇ ਤੁਹਾਡਾ ਸਵਾਗਤ ਹੈ। ਮੈਂ ਵੈਦਵਿੰਦਰ ਸਿੰਘ ਖਾਲਸਾ। ਚਲੋ, ਅੱਜ ਹੁਣ 21 ਦਿਨਾਂ ਦੇ ਕਰਫਿਊ ਕਰਕੇ ਅਸੀਂ ਸਾਰੇ ਹੀ ਘਰਾਂ 'ਚ ਹਾਂ। ਕੁਛ ਕੁ ਜ਼ਰੂਰਤਮੰਦ ਚੀਜ਼ਾਂ ਜਿਹੜੀਆਂ ਤੁਹਾਡੇ ਕੰਮ ਆ ਸਕਦੀਆਂ, ਉਹਨਾਂ ਬਾਰੇ ਗੱਲਾਂ ਕਰਦੇ ਹਾਂ, ਤਾਂ ਕਿ ਐਮਰਜੈਂਸੀ ਤੋਂ ਬਿਨਾਂ ਤਾਂ ਕੋਈ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ, ਪਰ ਸਾਡੇ ਪਰੰਪਰਿਕ ਸੱਭਿਆਚਾਰ ਦੇ ਵਿੱਚ ਕਹਿ ਲਓ, ਸਮਾਜ ਦੇ ਵਿੱਚ ਕੁਛ ਆਈਆਂ ਹੋਈਆਂ ਗੱਲਾਂ ਜਿਹੜੀਆਂ ਤਾਂ ਸਾਨੂੰ ਇਸ ਸਮੇਂ ਮਦਦ ਦੇ ਸਕਦੀਆਂ, ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਜਿਸ ਤਰ੍ਹਾਂ ਮੈਨੂੰ ਹੁਣ ਫੋਨ ਆ ਰਹੇ ਨੇ, ਉਹ ਤੋਂ ਮੈਂ ਜੱਜਮੈਂਟ ਕਰੀ ਹੈਗੀ, ਜਿਵੇਂ ਕਿਸੇ ਨੂੰ ਚੋਟ ਮੋਚ ਜਾਂ ਸੱਟ ਲੱਗ ਜਾਂਦੀ ਹੈ, ਮਾਸ ਫਟ ਜਾਂਦਾ, ਉਹਦੇ ਲਈ ਅਸੀਂ ਕੀ ਘਰੇ ਕਰ ਸਕਦੇ ਹਾਂ। ਉਹਦੇ ਲਈ ਸਭ ਤੋਂ ਬਿਹਤਰ ਹੈਗਾ ਵੀ ਅਸੀਂ ਕਣਕ ਦਾ ਆਟਾ ਲੈ ਲਓ, ਉਹਦੇ ਵਿੱਚ ਜੇ 50 ਗ੍ਰਾਮ ਹੈਗਾ ਤਾਂ 10 ਗ੍ਰਾਮ ਉਹਦੇ ਵਿੱਚ ਹਲਦੀ ਪਾ ਲਓ। ਉਹਦੇ ਵਿੱਚ ਫਿਰ ਐਲੋਵੇਰਾ ਕੁਮਾਰ ਦਾ ਗੁੱਦਾ ਮਿਲਾ ਕੇ ਉਹਦਾ ਪੇਸਟ ਬਣਾ ਕੇ ਉਹ ਮਾਸ ਪਾਟੇ ਦੇ ਸੱਟ ਵਾਲੀ ਜਗ੍ਹਾ 'ਤੇ ਲਗਾਇਆ ਜਾਵੇ ਤਾਂ ਬੜੀ ਜਲਦੀ ਰਿਲੀਫ ਮਿਲ ਜਾਂਦਾ, ਦਰਦ ਵੀ ਰੁਕ ਜਾਂਦਾ ਅਤੇ ਠੀਕ ਵੀ ਹੋ ਜਾਂਦਾ, ਮਾਸ ਪਾਟਿਆ ਵੀ ਠੀਕ ਹੋ ਸਕਦਾ। ਫਿਰ ਦੂਸਰਾ ਪ੍ਰਯੋਗ ਹੈਗਾ, ਇੱਕ ਜਿਹੜੇ ਲੋਕ ਦੇਸੀ ਆਂਡਾ ਵਗੈਰਾ ਯੂਜ ਕਰਦੇ ਆ ਜਾਂ ਫਾਰਮੀ ਕੋਈ ਵੀ ਹੋਵੇ, ਇੱਕ ਆਂਡਾ ਲੈ ਲਓ, ਉਹਦੇ ਵਿੱਚ ਇੰਨਾ ਹਲਦੀ ਮਿਲਾਓ ਕਿ ਉਹ ਪੇਸਟ ਬਣ ਜਾਵੇ ਅਤੇ ਥੋੜ੍ਹੀ ਮਾਤਰਾ 'ਚ ਨਮਕ ਪਾ ਕੇ ਅੱਧਾ ਕੁ ਚਮਚਾ ਉਹ ਪੇਸਟ ਨੂੰ ਘੰਟਾ ਡੇਢ ਘੰਟਾ ਸੱਟ ਵਾਲੀ ਜਗ੍ਹਾ 'ਤੇ ਲਗਾ ਲਿਆ ਜਾਵੇ ਤਾਂ ਚੋਟ ਮੋਚ ਮਾਸ ਫਟਿਆ ਬਲੱਡ ਇਕੱਠਾ ਹੋਇਆ ਤੁਰੰਤ ਠੀਕ ਹੋ ਜਾਂਦਾ। ਬਾਕੀ ਜੇ ਤੁਰੰਤ ਪੈਰ ਸੱਟ ਲੱਗੀ ਤਾਂ ਉਸੇ ਟਾਈਮ ਅਸੀਂ ਬਰਫ਼ ਦੀ ਸਿਕਾਈ ਵੀ ਕਰ ਸਕਦੇ ਹਾਂ, ਪਰ ਬਾਅਦ 'ਚ ਨਹੀਂ ਜ਼ਰੂਰਤ, ਫਿਰ ਉਹ ਸੋ ਜਾ ਕੇ ਖੂਨ ਫੁੱਲਦਾ ਨਹੀਂ ਹੈ। ਅਜਿਹੀਆਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਤੁਹਾਡੇ ਕੰਮ ਆ ਸਕਦੀਆਂ, ਮੈਂ ਇਸਨੂੰ ਨਾਲ ਨਾਲ ਦੱਸਦਾ ਰਹੂੰਗਾ। ਧੰਨਵਾਦ। ਫਿਰ ਕਿਸੇ ਵੀਡੀਓ ਅੱਜ ਫਿਰ ਮਿਲਦੇ ਹਾਂ, ਇੱਕ ਦੋ ਹੋਰ ਇਸ ਤਰ੍ਹਾਂ ਦੇ ਟੋਪਿਕਾਂ ਦੇ ਉੱਤੇ ਵੀਡੀਓ ਦੇ ਉੱਤੇ। ਅਤੇ ਇਹ ਤੁਹਾਡੇ ਜੋ ਕਰਫਿਊ ਦੇ ਵਿੱਚ ਕੰਮ ਆ ਸਕਣ ਗੱਲਾਂ, ਬਣੇ ਰਹੋ ਸਾਡੇ ਚੈਨਲ 'ਤੇ। ਅਤੇ ਆਪਣੇ ਜਿਹੜੇ ਵੀ ਕੋਈ ਚੀਜ਼ ਦੀ ਜ਼ਰੂਰਤ ਹੋਈ, ਪੁੱਛਣਾ ਹੋਇਆ, ਮੈਂ ਤੁਹਾਡੀ ਹੈਲਪ ਕਰ ਸਕਦਾ ਹੋਇਆ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਲਿਖ ਦਿਓ, ਤਾਂ ਮੈਂ ਉਹਨੂੰ ਪੜ੍ਹ ਕੇ ਫਿਰ ਤੁਹਾਨੂੰ ਉਹਨਾਂ ਗੱਲਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ ਜੀ।